meri ek raay hai ki why adults control youngsters mm -hmm. and especially i would say government the reason being is that they want to control us is because they don't want us to grow and create opportunities exactly and if you see you know aj men de the population hai giya it's coming weak men and women se population is coming weak kyon saade dada 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 de time te you know our men were strong they were mentally strong because onna de utte chote time to hi onna nu sikhaya janda sega ki ne karo apna karo you know you're you're adult tusi apne apna karo Hmm. there is a potential people can grow people there are like millions of things out there that people can learn but either being school parents or society hmm. they just put pressure on you and then downgrade you downgrade you so that you don't grow as, as well and don't create opportunities that's why men are becoming weaker these days exactly and i think to see just see it's it's a very big uh, logic by the politicians to whip, to win in life because see or oh, apne time to na ek age group to baad chali to baad niti like you see your current president joe biden is very old okay? He's very old and and he's trolled because of his age many a times and suddenly when you saw someone like barack obama who was relatively younger who came into the power and suddenly there were more interactions in colleges michelle and barack going everywhere and there were more interactions hunda ki hai ki jad koi young aa janda na ta ਉਸ ਵੇਲੇ ਬਹੁਤ ਸਾਰੇ ਯੰਗਸਟਰਸ ਦੀ ਓਪਰਚੁਨਿਟੀਜ਼ ਹੋਰ ਕ੍ਰੀਏਟ ਹੋ ਜਾਂਦੀਆਂ ਬਿਕਾਜ਼ ਯੰਗਸਟਰਸ ਨਾ ਟ੍ਰੈਂਡ ਫੋਲੋ ਕਰਦੇ ਆ ਹਮ ਬਜ਼ੁਰਗ ਨਹੀਂ ਆ ਕਰਦੇ ਯੰਗਸਟਰ ਜੇ ਅੱਜ ਗੈਟ ਰੈਡੀ ਵਿਦ ਮੀ ਬਣਾ ਰਿਹਾ ਤਾਂ ਸਾਰੇ ਯੰਗਸਟਰਸ ਗੈਟ ਰੈਡੀ ਵਿਦ ਮੀ ਬਣਾਉਣ ਲੱਗ ਜਾਣਗੇ ਜੇ ਕੋਈ ਇੱਕ ਪੋਡਕਾਸਟ ਕਰ ਰਿਹਾ ਤਾਂ ਸਾਰੇ ਪੋਡਕਾਸਟਿੰਗ ਚ ਆ ਜਾਣਗੇ ਯੰਗਸਟਰਸ ਆਰ ਟ੍ਰੈਂਡ ਫੋਲੋਅਰਸ ਐਂਡ ਆਲਸੋ ਔਨ ਡਿਜੀਟਲ ਪਲੈਟਫਾਰਮ ਟੂਡੇ ਵੀ ਆਰ ਦ ਟ੍ਰੈਂਡ ਸੈਟਰਸ ਉਹ ਇਹ ਡਰਦੇ ਆ ਉਹ ਤੁਹਾਨੂੰ ਇਸ ਲਈ ਓਪਰਚੁਨਿਟੀਜ਼ ਨਹੀਂ ਦਿੰਦੇ ਤੁਹਾਡੇ ਹੱਥ ਇਸ ਲਈ ਡਿਸੀਜਨ ਮੇਕਿੰਗ ਨਹੀਂ ਦਿੰਦੇ ਬਿਕੋਜ਼ ਉਹਨਾਂ ਨੂੰ ਪਤਾ ਕਿ ਜੇ ਯੰਗਸਟਰ ਇੱਕ ਦੋ ਵੀ ਪੋਲਿਟਿਕਸ ਦੇ ਵਿੱਚ ਸਕਸੈਸਫੁਲ ਹੋ ਗਏ ਤੇ ਦੁਨੀਆ ਪਾਗਲ ਹੋ ਜਾਏਗੀ ਸਾਰੀ ਦੁਨੀਆ ਦੇ ਯੰਗਸਟਰ ਰਾਜਨੀਤੀ ਚ ਆ ਜਾਣਗੇ ਫਿਰ ਇਹਨਾਂ ਨੂੰ ਕੌਣ ਪੁੱਛੇਗਾ ਹਮ ਹੈਂਸ ਦੇ ਡੋਨਟ ਵਾਂਟ ਟੂ ਗਿਵ ਥੈਟ ਬਿਕੋਜ਼ ਦੇ ਨੋ ਕਿ ਜੇ ਦੋ ਯੰਗਸਟਰਸ ਵੀ skill kar gaye in politics like if they become very strong in politics a 25 year old or a 30 year old suddenly you'll see all the 20 to 30 year olds making it at that stage yeah. and this is what they do not want because what will they do then ta unhadi dukaan band hundi hai eseli ae ae ek system chalda aa reha hun ennu tod kon sakda hai ennu tod sakde youngsters ਇੰਨਾ ਸਮਝ ਕੇ ਮੈਂ ਇੱਕ ਬੇਸਿਕ ਗੱਲ ਕਹਿਣਾ ਹੁੰਦਾ ਐਂਡ ਦਿਸ ਇਜ਼ ਭਗਤ ਸਿੰਘ ਦੇ ਹੀ ਇੱਕ ਕੋਰਸ ਦੇ ਵਿੱਚੋਂ ਆਂਦਾ ਕਿ ਇਫ ਯੂ ਡੋਨਟ ਟੇਕ ਇੰਟਰਸਟ ਇਨ ਪੋਲਿਟਿਕਸ ਪੋਲਿਟਿਕਸ ਵਿਲ ਤੁਸੀਂ ਚਾਹੋ ਜਾਂ ਨਾ ਚਾਹੋ ਰਾਜਨੀਤੀ ਤੁਹਾਡੇ ਵਿੱਚ ਹਰ ਵੇਲੇ ਇੰਟਰਸਟ ਲੈ ਰਹੀ ਹੈ ਤੁਸੀਂ ਪੜੋਗੇ ਕਿੱਥੇ ਤੁਹਾਨੂੰ ਜੌਬ ਤੇ ਕਿੰਨਾ ਪੈਸਾ ਮਿਲੇਗਾ ਤੁਹਾਡੇ ਕਿੰਨੇ ਮਿਨੀਮਮ ਆਵਰਸ ੋਂਗੇ

ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹ ਪੰਜਾਬੀ ਵਿੱਚ ਪੋਡਕਾਸਟ ਕਰ ਰਹੇ ਆ ਮੈਂ ਹਰ ਪੰਜਾਬੀ ਯੰਗਸਟਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਅਸੀਂ ਕੀ ਸੋਚ ਕੇ ਬਾਹਰ ਭੱਜ ਰਹੇ ਆ ਅਸੀਂ ਕਿਉਂ ਅਸੀਂ ਇਹ ਕਹਿ ਰਹੇ ਆ ਜਦ ਵੀ ਮੈਂ ਕਿਸੇ ਯੰਗਸਟਰ ਨੂੰ ਜੋ ਕੈਨੇਡਾ ਜਾਂ ਯੂ ਐਸ ਜਾ ਰਿਹਾ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਕਿਉਂ ਜਾ ਰਹੇ ਹੋ ਉਹ ਕਹਿਣਗੇ ਇੱਥੇ ਕੀ ਪਿਆ ਇੱਥੇ ਕੀ ਹੈ ਪੰਜਾਬ ਚ ਰਹਿ ਹੀ ਕੀ ਗਿਆ ਕੀ ਕਰੀਏ ਤੇ ਮੈਂ ਉਹਨਾਂ ਨੂੰ ਇੱਕੋ ਸਵਾਲ ਕਰਦਾ ਉਹਨਾਂ ਨੂੰ ਕਿ ਯਾਰ ਹਾਊ ਸਿਲੀ ਆਰ ਵੀ ਵੈਨ ਵੀ ਆਸਕ ਦਿਸ ਕੁਐਸਚਨ ਕਿ ਪੰਜਾਬ ਚ ਕੀ ਹੀ ਪਿਆ ਸਾਡੇ ਦਾਦੇ ਪਾਕਿਸਤਾਨ ਤੋਂ ਆਏ ਸੀ ਪੰਜਾਬ 'ਚ ਵਿਦਆਊਟ ਐਨੀ ਮਨੀ ਵਿਦਆਊਟ ਐਨੀ ਕਲੋਥਸ ਵਿਦਆਊਟ ਐਨੀ ਰੂਫ ਔਨ देयर ਹੈਡ ਨਾ ਘਰ ਸੀ ਨਾ ਪੈਸਾ ਸੀ ਨਾ ਗੱਡੀ ਸੀ ਨਾ ਰੋਟੀ ਸੀ ਨਾ ਕੱਪੜੇ ਸੀ ਉਥੋਂ ਦੀ ਸਾਡੇ ਦਾਦੇ ਦਾਦੀਆਂ ਨੇ ਮਿਲ ਕੇ Empire ਖੜੇ ਕੀਤੇ ਟ੍ਰਾਂਸਪੋਰਟ ਨੂੰ ਪੂਰੇ ਇੰਡੀਆ ਦੇ 70% ਟ੍ਰਾਂਸਪੋਰਟ ਨੂੰ ਇੱਕ ਟਾਈਮ ਤੇ ਪੰਜਾਬੀ ਜ਼ੋਨ ਕਰਦੇ ਸੀ ਫਾਰਮਿੰਗ ਨੂੰ ਪੂਰੀ ਇੰਡੀਆ ਦੇ ਅਸੀਂ ਟੇਕਓਵਰ ਕਰ ਲਿਆ ਗ੍ਰੀਨ ਰੈਵੋਲੂਸ਼ਨ ਅਸੀਂ ਕ੍ਰੀਏਟ ਕਰ ਲਈ ਫੈਕਟਰੀ ਅਸੀਂ ਬਣਾ ਲਈਆਂ ਲੁਧਿਆਣੇ ਵਰਗਾ ਸ਼ਹਿਰ ਪੂਰੀ ਦੁਨੀਆ ਨੂੰ ਕੱਪੜੇ ਭਵਾਂਦਾ ਵੀ ਆ ਦਾ బిਗੇਸਟ ਕ੍ਰੀਏਟਰ ਆਫ ਹੋਜ਼ਰੀ ਪ੍ਰੋਡਕਟਸ ਅਮਰitsar ਸਾਰੇ ਦੁਨੀਆ ਨੂੰ ਕਲਚਰਲ ਚੀਜ਼ਾਂ ਸਿਖਾਂਦਾ ਹੈ ਅੱਜ ਵੀ ਕਲਚਰਲ ਹਬ ਇਹ ਪੂਰੇ ਇੰਡੀਆ ਦਾ ਅਮਰitsar ਹੈ ਐ ਸਾਰੀਆਂ ਚੀਜ਼ਾਂ ਨੂੰ ਜਦ ਤੁਸੀਂ ਦੇਖੋ ਜੇ ਉਸ ਵੇਲੇ ਐਨੇ ਬੁਰੇ ਹਾਲਾਤਾਂ ਦੇ ਵਿੱਚ ਰੈਫਿਊਜੀਸ ਹੋ ਕੇ ਆਏ ਸੀ ਤੇ ਇੰਨਾ ਕੁਝ ਕ੍ਰੀਏਟ ਕਰਕੇ ਉਸ ਤੋਂ ਅਗਲੀ ਪੀੜ੍ਹੀ ਸਾਡੇ ਫਾਦਰਸ ਦੀ ਜਨਰੇਸ਼ਨ ਪੰਜਾਬੀ ਦੇ ਵੈਂਟ ਥਰੂ ਦਾ ਮੋਸਟ ਡਿਫਿਕਲਟ ইয়ারਸ ਐਨੀ స్టేਟ ਕੁਡ ਏਵਰ ਗੋ ਥਰੂ 20 ইয়ারਸ ਆਫ ਇਨসারਜেন্সি 20 ইয়ারਸ ਆਫ ਮিলিটেন্সি 20 ইয়ারਸ ਆਫ ਜੇਨੋসাইড ਉਹਦੇ ਵਿੱਚੋਂ ਲੰਘ ਕੇ ਸਾਡੇ ਪੇਰੈਂਟਸ ਨੇ ਸਾਨੂੰ ਇੱਕ ਐਨੀ ਲੈਵਿਸ਼ ਲਾਈਫਸਟਾਈਲ ਦਿੱਤੀ ਆ ਹਮ ਇਫ ਦੇ ফর ਗ੍ਰੈਂਡਪੇਰੈਂਟਸ ਕੁਡ ਡੂ ਇਟ ਇਫ ਆਰ parents could do it te assi ta yaar bahut hi pampered aa sade kol ta sab kuch hai we are living in the most peaceful era of punjab ever te je assi hun vi kenne aa ke punjab ch reh hi ki gaya then we are just making an excuse to be lazy assi sirf apne aalas da ek symbol pesh kar rahe ha and canada nu assi ek easy escape banake bhaj rahe ha that is it nothing else nothing more jinne mehnat karni hai onne punjab de 100 saal pehla jad ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਮਿਹਨਤ ਕਰਕੇ ਪੈਸਾ ਬਣਾਇਆ ਸਾਡੇ ਦਾਦਿਆਂ ਨੇ ਰੈਫਿਊਜੀ ਟਾਈਮ ਰੈਫਿਊਜੀ ਹੋ ਕੇ ਵੀ ਪੈਸਾ ਬਣਾਇਆ ਮਾਈਗ੍ਰੇਸ਼ਨ ਤੋਂ ਬਾਅਦ ਵੀ ਪੈਸਾ ਬਣਾਇਆ ਸਾਡੇ ਪੇਰੈਂਟਸ ਨੇ ਇਨਸਰਜੈਂਸੀ 'ਚ ਬਣਾਇਆ ਜਿਵੇਂ ਅਸੀਂ ਹੁਣ ਨਹੀਂ ਬਣਾ ਸਕਦੇ 댓 ਮੀਨਸ ਕਮੀ ਸਾਡੇ 'ਚ ਹੈ ਪੰਜਾਬ ਤਾਂ ਉੱਥੇ ਹੀ ਖੜਾ ਹੈ ਇਨਸਾਈਟ ਪੰਜਾਬ 'ਚ ਓਪਰਚੁਨਿਟੀਆਂ ਵਧੀਆਂ ਐ ਕਿਉਂਕਿ ਐਨੇ ਸਾਰੇ ਲੋਕ ਬਾਹਰ ਚਲੇ ਗਏ ਹੁਣ ਪੰਜਾਬ 'ਚ ਇੱਕ ਬਹੁਤ ਵੱਡਾ ਪੈਸਾ ਰਿਵੋਲਵ ਕਰਦਾ ਜੋ ਗਿਣਤੀ 'ਚ ਨਹੀਂ ਆਂਦਾ ਲਾਈਕ ਪੰਜਾਬ ਦੀ ਜੀਡੀਪੀ ਦੇ ਵਿੱਚ ਕਾਊਂਟ ਨਹੀਂ ਹੁੰਦਾ ਮੰਨ ਲਓ ਤੁਸੀਂ ਓ ਤੁਹਾਡੇ ਕੁਝ ਰਿਲੇਟਿਵਸ ਇੰਡੀਆ ਰਹਿੰਦੇ ਐ ਤੁਸੀਂ ਉਹਨਾਂ ਨੂੰ ਥੋੜੇ ਬਹੁਤ ਪੈਸੇ ਭੇਜਦੇ ਹੋ ਹਮ ਹਮ ਉਹ ਜੀਡੀਪੀ 'ਚ ਨਹੀਂ ਕਾਊਂਟ ਹੁੰਦੇ ਕਿ ਪੰਜਾਬ ਦੀ ਜੀਡੀਪੀ ਕੀ ਐ but there's a lot of money that is being revolved bachche apne maa baap nu bahar ho bahut paise bhej chukke hai bahut sare log rishtedar bahar paisa bhej de ek bahut badi amount punjab de vich hai te punjab de vich bahut opportunities hai kyunki bahut sare log bahar ja chukke hai hun jehde itthe reh gaye ho khali khali ho gaya hun ta mauke hi mauke hai sirf te sirf assi assi na apne aap nu invalidate kar rahe hain ke 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 kuch hai ni ਜੇ ਅਸੀਂ ਸੱਚੀ ਜੇ ਸੱਚੀ ਅਸੀਂ ਮੰਨਦੇ ਆ ਪੰਜਾਬੀ ਯੋਗੀ ਪੰਜਾਬੀ ਪੋਡਕਾਸਟ ਆ ਮੈਂ ਫਿਰ ਕਹਿ ਰਿਹਾ ਜੇ ਤੁਸੀਂ ਸੱਚੀ ਅਸੀਂ ਮੰਨਦੇ ਆ ਕਿ ਅਸੀਂ ਪੰਜਾਬ ਦੇ ਜੰਮੇ ਹੈਗੇ ਆ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ ਜਿਵੇਂ ਅਸੀਂ ਲਿਖਦੇ ਆ ਰਹੇ ਆ ਤੇ ਜੇ ਅਸੀਂ ਫਿਰ ਵੀ ਇਹ ਕਹਿ ਰਹੇ ਆ ਕਿ ਪੰਜਾਬ ਚ ਕੁਝ ਨਹੀਂ ਬਚਿਆ ਤੇ ਅਸੀਂ ਆਲਸੀ ਆ ਹੋਰ ਕੁਝ ਨਹੀਂ ਹੈ ਇਹੀ ਸੱਚ ਹੈ ਮੈਂ ਇਹ ਸੱਚ ਦਿਖਾਣਾ ਚਾਹੁੰਦਾ ਇਹ ਵੀ ਮੈਂ ਵੀ ਬਹੁਤ ਸੋਚਿਆ ਕਿ ਯੂ ਨੋ ਜਦ ਦੀ ਜਦ ਸਾਡੇ ਜਨਰੇਸ਼ਨ ਅੱਗੇ ਵੱਧੇ ਜਾ ਰਹੀ ਹੈ ਅਸੀਂ ਬਹੁਤ ਪੈਂਪਰਡ ਹੋਏ ਜਾ ਰਹੇ ਆਂ ਕਮਜ਼ੋਰ ਹੋਈ ਜਾ ਰਹਾ ਹੈ ਤੇ ਇਸ ਦਾ ਇੱਕ ਹੀ ਤੋੜ ਹੈ 멘ਟਲ ਸਟਰੈਂਥ ਹੁਣ ਉਹ 멘ਟਲ ਸਟਰੈਂਥ ਕਿੱਦਾਂ ਆਵੇ ਕਿਉਂਕਿ ਸਕੂਲਾਂ ਤੁਹਾਨੂੰ ਨਹੀਂ ਸਿਖਾਇਆ ਜਾਂਦਾ ਕਿ 멘ਟਲੀ ਕਿੱਦਾਂ ਸਟਰੋਂਗ ਹੋਣਾ ਅਸਾਨੂੰ ਕੋਈ ਨਿੱਕੀ ਜੀ ਪ੍ਰੋਬਲਮ ਆਂਦੀ ਆ ਸੀ ਉਹਨੂੰ ਇੰਨਾ ਵੱਡਾ ਕਰ ਦਿੰਦੇ ਆ ਤੇ 멘ਟਲ ਸਟਰੈਂਥ ਕਿੱਦਾਂ ਆਵੇ ਮੈਨੂੰ ਲੱਗਦਾ ਸਾਨੂੰ ਕੋਈ ਵੀ ਚੀਜ਼ ਕਿੱਦਾਂ ਆਂਦੀ ਆ ਆ ਸਾਨੂੰ ਕੋਈ ਵੀ ਚੀਜ਼ ਲਾਈਫ ਇਜ਼ ਅ ਪ੍ਰੈਕਟਿਸ ਮੈਨ ਲੱਗਦਾ ਕਿ ਲਾਈਫ ਚ ਕੁਝ ਵੀ ਤੁਸੀਂ ਕਰਦੇ ਹੋ ਨਾ ਇਟਸ ਇਟਸ ਅ ਪ੍ਰੈਕਟਿਸ ਤੁਹਾਨੂੰ ਸਾਈਕਲ ਚਲਾਉਣਾ ਕਿੱਦਾਂ ਆਂਦਾ ਜਦ ਤੱਕ ਤੁਸੀਂ ਸਾਈਕਲ ਤੋਂ ਡਿੱਗੋਗੇ ਨਹੀਂ ਤੁਹਾਨੂੰ ਸਾਈਕਲ ਚਲਾਉਣਾ ਨਹੀਂ ਆਏਗਾ ਤੁਹਾਨੂੰ ਭਾਸ਼ਾ ਬੋਲਣੀ ਕਿਵੇਂ ਆਂਦੀ ਹੈ ਜਦ ਤੱਕ ਤੁਸੀਂ ਤੋਤਲੀ ਭਾਸ਼ਾ ਨਹੀਂ ਬੋਲੋਗੇ ਤੁਹਾਨੂੰ ਕਿਵੇਂ ਬੋਲਣੀ ਆਏਗੀ ਜੇ ਕੋਈ ਪੰਜਾਬੀ ਨੇਟਿਵ ਹੈ ਤੇ ਉਹਨੂੰ ਇੰਗਲਿਸ਼ ਬੋਲਣੀ ਕਿਵੇਂ ਆਏਗੀ ਜਦ ਤੱਕ ਉਹ ਗਲਤ ਇੰਗਲਿਸ਼ ਬੋਲਣ ਦਾ ਜਿਗਰਾ ਨਹੀਂ ਰੱਖੇਗਾ ਪਬਲਿਕ ਚ ਗਲਤੀਆਂ ਕਰਨ ਦਾ ਜਿਗਰਾ ਨਹੀਂ ਰੱਖੇਗਾ ਤਾਂ ਉਹਨੂੰ ساری ਜ਼ਿੰਦਗੀ ਇੰਗਲਿਸ਼ ਬੋਲਣੀ ਨਹੀਂ ਆਏਗੀ ਜਦ ਤੱਕ ਕੋਈ ਨੇਟਿਵ ਅਮਰੀਕਨ ਪੰਜਾਬੀ ਗਲਤ ਪੰਜਾਬੀ ਬੋਲਣ ਦਾ ਜਿਗਰਾ ਨਹੀਂ ਰੱਖੇਗਾ ਉਹਨੂੰ ساری ਜ਼ਿੰਦਗੀ ਪੰਜਾਬੀ ਸਹੀ ਬੋਲਣੀ ਨਹੀਂ ਆਏਗੀ ਉਵੇਂ ਹੀ 멘ਟਲ ਸਟਰੈਂਥ ਲੈਣਾ ਸਭ ਤੋਂ ਪਹਿਲਾਂ ਆਪਣੇ ਕੰਫਰਟ ਜ਼ੋਨ ਚੋਂ ਨਿਕਲਣਾ ਪਏਗਾ ਸਭ ਤੋਂ ਪਹਿਲਾਂ ਆਪਣੇ ਕੰਫਰਟ ਜ਼ੋਨ ਚੋਂ ਨਿਕਲ ਕੇ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਪਵੇਗੀ ਆਪਣਾ ਹੱਥ ਖੜਾ ਕਰਕੇ ਕਿ ਯੂ ਆਰ ਅ ਗੁੱਡ ਹਿਊਮਨ ਨਾਓ ਗੋ ਦ ਵਰਲਡ ਇਜ਼ ਯੋਰਸ ਟੂ ਕਾਂਕਰ ਐ ਦੁਨੀਆ ਤੇਰੀ ਹੈ ਨਿਕਲੋ ਬਾਅਦ ਗਲਤੀਆਂ ਕਰੋ ਦੁਨੀਆ ਇੰਨੀ ਮਾੜੀ ਹੈ ਨਹੀਂ ਜਿੰਨੀ ਅਸੀਂ ਸੋਚਦੇ ਆ ਲੋਕ ਹੈਲਪ ਕਰਦੇ ਆ ਲੋਕ ਮੈਂਟਰਸ਼ਿਪ ਦਿੰਦੇ ਆ ਲੋਕ ਕੋਚਿੰਗਸ ਦਿੰਦੇ ਆ ਲੋਕ ਨੈਟਵਰਕ ਦਿੰਦੇ ਆ ਅਸੀਂ ਲੈਂਦੇ ਨਹੀਂ ਅਸੀਂ ਡਰਦੇ ਰਹਿੰਨੇ ਆ ਅਸੀਂ ਆਪਣੇ ਕੰਫਰਟ ਜ਼ੋਨ 'ਚ ਬੈਠੇ ਆ ਮੈਂਟਲ ਸਟਰੈਂਥ ਹਮੇਸ਼ਾ ਲੋਕ ਤਿੰਨ ਤਰ੍ਹਾਂ ਆ ਸਕਦੀ ਹੈ ਜਾਂ ਅਸੀਂ ਗਲਤੀ ਕਰਕੇ ਸਿੱਖੀਏ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਅਸੀਂ ਉਹਨਾਂ ਨੂੰ ਆਪਣਾ ਕੋਚ ਬਣਾ ਲਈਏ ਮੈਂਟਰਸ਼ਿਪ ਲਈਏ ਰਾਈਟ ਤੇ ਤੀਜੀ ਮੈਂਟਲ ਸਟਰੈਂਥ ਸਿਰਫ ਤੇ ਸਿਰਫ ਉਦੋਂ ਆ ਸਕਦੀ ਹੈ ਜਦ ਅਸੀਂ ਬਹੁਤ ਵੱਡੇ ਫਾਈਨੈਂਸ਼ੀਅਲ ਸਟਰਗਲ ਤੋਂ ਨਿਕਲਦੀ ਹੋਈ ਸਰਵਾਈਵਲ ਤੇ ਗੱਲ ਆਈ ਹੋਵੇ ਕਿ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਹੈ ਸਰਵਾਈਵ ਕਰਨ ਤੋਂ ਇਲਾਵਾ ਤੇ ਜੇ ਤੁਹਾਡੇ ਘਰ ਚ ਸਰਵਾਈਵਲ ਦਾ ਇਸ਼ੂ ਨਹੀਂ ਹੈ ਤਾਂ ਤੁਹਾਨੂੰ ਦੋ ਚੋ ਇੱਕ ਰਸਤੇ ਮ ਚੁਣਨੇ ਪੈਣਗੇ ਜਾਂ ਸਹੀ ਲੋਕਾਂ ਨਾਲ ਆਪਣੀ ਮੈਂਟਰਸ਼ਿਪ ਲੈਣੀ ਪਏਗੀ ਤੇ ਜਾਂ ਆਪ ਗਲਤੀਆਂ ਕਰ ਕਰਕੇ ਸਿੱਖਣਾ ਪਏਗਾ ਤੇ ਹਰ ਬੰਦੇ ਨੂੰ ਅੱਛਾ ਮੈਂਟਰ ਨਹੀਂ ਮਿਲੇਗਾ ਹਰ ਬੰਦੇ ਨੂੰ ਅੱਛਾ ਕੋਚ ਨਹੀਂ ਮਿਲੇਗਾ ਇਸ ਲਈ ਬੈਸਟ ਆਪਸ਼ਨ ਹੈ ਕਿ ਆਪਣੀਆਂ ਗਲਤੀਆਂ ਕਰਨੀਆਂ ਸਿੱਖੋ ਨਿਕਲੋ ਆਈਡੀਆ ਜਿਹੜੇ ਸੁਪਨੇ ਚ ਬੈਠੇ ਆਈਡੀ ਜਿਹੜੇ ਰਾਤੀ ਬੈਠੇ ਆਂ ਕਈ ਵਾਰੀ ਅੱਛਾ ਆਈਡੀਆ ਆਉਂਦਾ ਨਾ ਕਿ ਯਾਰ ਮੈਂ ਆਪ ਬਿਜ਼ਨਸ ਕਰ ਲਾਂ ਮੈਂ ਆਹ ਕਰ ਲਾਂ ਉਹਦੇ ਤੇ ਐਕਟ ਕਰੀਏ ਕਿਉਂਕਿ ਬਹੁਤੀ ਵਾਰੀ ਹੁੰਦਾ ਸੀ ਐਕਟ ਕਰਦੇ ਨਹੀਂ ਫਿਰ ਸਾਲ ਬਾਅਦ ਕੋਈ ਹੋਰ ਕਰ ਲੈਂਦਾ ਫਿਰ ਕਹਿੰਦੇ ਯਾਰ ਸ਼ਿਟ ਮੈਨੂੰ ਆਈਡੀਆ ਆਇਆ ਸੀ ਮੈਂ ਕਰਨਾ ਸੀ ਐਕਟ ਕਰੀਏ ਗਲਤ ਵੋਟ ਵਰਸ ਕੈਨ ਹੈਪ ਵੋਟ ਕੈਨ ਵੋਟ ਵਰਸ ਕੈਨ ਹੈਪ ਗਲਤ ਹੋ ਜਾਊਗਾ ਫੇਲ ਹੋ ਜਾਊਗਾ ਆਈਡੀਆ ਲਾਈਕ ਸਟਿਲ ਬੈਟਰ ਦੈਨ ਨਾਟ ਡੂਇੰਗ ਇਟ ਅਸੀਂ ਫੇਲਿਅਰ ਤੋਂ ਬੜਾ ਡਰਦੇ ਹਾਂ ਬਹੁਤ ਡਰਦੇ ਹਾਂ ਐਂਡ ਐਂਡ ਉਹ ਕਾਰਨ ਇਹੀ ਹੈ ਕਿ ਮੈਂਟਲ ਸਟਰੈਂਥ ਨਹੀਂ ਹੈ ਮੈਂਟਲ ਸਟਰੈਂਥ ਹੁੰਦੀ ਤਾਂ ਅਸੀਂ ਫੇਲਿਅਰ ਤੋਂ ਨਾ ਡਰਦੇ ਹੁੰਦੇ ਮੈਨੂੰ ਇਹ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਸੋਰਸ ਹੈ ਸੈਲਫ ਲਵ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਆਪਣੀਆਂ ਕੁਆਲਿਟੀਆਂ ਨੂੰ ਪਛਾਣਦੇ ਹੋ ਨਾ ਤੁਸੀਂ ਫੇਲਰ ਤੋਂ ਡਰੋਗੇ ਤੇ ਨਾ ਹੀ ਤੁਸੀਂ ਰਿਸਕ ਤੋਂ ਡਰੋਗੇ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਲਾਈਫ ਦੇ ਵਿੱਚ ਕੁਝ ਵੀ ਹੋ ਜੇ ਨਾ ਮੈਂ ਸਰਵਾਈਵ ਤਾਂ ਕਰ ਹੀ ਲਵਾਂਗਾ ਗੁਰਬਾਣੀ ਬਹੁਤ ਸੋਹਣਾ ਕਹਿੰਦੀ ਹੈ ਕਿ ਸਾਂਝ ਕਰੀ ਜਾਏ ਗੁਣਾ ਕੇਰੀ ਛੋੜਾ ਗੁਣ ਚੱਲਿਆ ਕਿ ਯਾਰ ਆਪਣੀਆਂ ਅਸੀਂ ਨਾ ਬੈਡ ਕੁਆਲिटीज ਨੂੰ ਬੜਾ ਵੱਧ ਚੜ੍ਹ ਕੇ ਦੱਸਦੇ ਆ ਯਾਰ ਮੈਨੂੰ ਇਨਸੋਮਨੀਆ ਹੈ ਮੈਨੂੰ ਜਾਂ ਫਿਰ ਮੰਨ ਲਓ ਕੋਈ ਕੋਈ ਸਾਨੂੰ ਡਿਸਆਰਡਰ ਹੈ ਲੈਟਸ ਸੇ ਮੈਨੂੰ OCD ਹੈ ਜਾਂ ਮੈਨੂੰ OCD ਹੈ ਮੈਨੂੰ OCD ਹੈ ਮੈਨੂੰ OCD ਹੈ ਜਿਹੜੀ ਚੀਜ਼ ਤੇ ਫੋਕਸ ਕਰੋਗੇ ਉਹ ਵੱਡੀ ਹੁੰਦੀ ਜਾਏਗੀ ਗੁਰਬਾਣੀ ਕਹਿੰਦੀ ਸਾਂਝ ਕਰੀ ਜਾ ਗੁਣਾ ਕਰੀ ਆਪਣੇ ਜਿਹੜੇ ਗੁਣ ਆ ਆਪਣੇ ਜਿਹੜੇ ਤੁਹਾਡੇ ਕੁਆਲਿਟੀਆਂ ਹੈ ਉਹਨਦੇ ਨਾਲ ਡਿਸਕਸ਼ਨ ਕਰੋ ਉਹਨਦੇ ਬਾਰੇ ਸੋਚੋ ਉਹਨਦੇ ਤੇ ਫੋਕਸ ਕਰੋ ਛੋੜ ਆਪਗੁਣ ਚੱਲੀ ਆ ਆਪਣੇ ਜਿਹੜੇ ਬੈਡ ਕੁਆਲਟੀਜ਼ ਐ ਜੋ ਵੀ ਤੁਹਾਡੇ ਚ ਮਾੜੀਆਂ ਚੀਜ਼ਾਂ ਉਹਨੂੰ ਇੱਕ ਮਿੰਟ ਲਈ ਸਾਈਡ ਤੇ ਰੱਖੋ ਛੱਡੋ ਐਂਡ ਫੋਕਸ ਔਨ ਵਾਟਸ ਗੁੱਡ ਇਨ ਯੂ ਉਹ ਵੱਡਾ ਹੋ ਜਾਏਗਾ ਜਿ세 ਆਪਣੇ ਆਪ ਨੂੰ ਪਿਆਰ ਕਰਨ ਲੱਗ ਗਏ ਨਾ ਜਿ세 ਆਪਣੇ ਗੁਣਾਂ ਦੀ ਸਾਂਝ ਪਾ ਲਈ ਸਾਡੀ ਲਾਈਫ ਬਹੁਤ ਸੌਖੀ ਹੋ ਜਾਏ ਆਪਣੇ ਆਪ ਨੂੰ ਕਿੱਦਾਂ ਪਿਆਰ ਕਰੀਏ ਆਪਣੇ ਆਪਣ ਨਾਲ ਪਿਆਰ ਕਰਨ ਦਾ ਬੈਸਟ ਤਰੀਕਾ ਹੈ ਅਗੇਨ ਇਟਸ ਅ ਪ੍ਰੈਕਟਿਸ ਮੈਂ ਸਾਰਿਆਂ ਨੂੰ ਇੱਕ ਹਮੇਸ਼ਾ ਟਿਪ ਦਿੰਨਾ ਹੁੰਦਾ ਕਿ ਮੰਨ ਲਓ ਤੁਸੀਂ ਕ੍ਰਿਕਟਰ ਹੋ ਜਾਂ ਤੁਸੀਂ ਕੁਝ ਪਲੇਅਰ ਹੋ ਮੰਨ ਲਓ ਤੁਸੀਂ ਪਲੇਅਰ ਹੋ ਤਾਂ ਪਲੇਅਰ ਲਈ ਨਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਨੈਟ ਪ੍ਰੈਕਟਿਸ ਕਰੋ ਜਾਓ ਗੋ ਐਂਡ ਪਲੇ 2 ਆਵਰਸ ਇਨ ਨੈਟਸ ਤੁਹਾਨੂੰ ਟੈਕਨੀਕ ਆ ਜਾਏਗੀ ਉਹ ਇੱਕ ਵਾਰੀ ਚ ਨਹੀਂ ਆਏਗੀ ਤੁਸੀਂ ਇੱਕ ਵਾਰੀ ਬੈਟਿੰਗ ਕਰਕੇ ਤੁਹਾਨੂੰ ਬੈਟਿੰਗ ਕਰਨੀ ਨਹੀਂ ਆ ਜਾਏਗੀ ਤੁਹਾਨੂੰ ਰੋਜ਼ ਕਰਨੀ ਪਵੇਗੀ ਉਵੇਂ ਹੀ ਸੈਲਫ ਲਵ ਇਜ਼ ਆਲਸੋ ਅ ਪ੍ਰੈਕਟਿਸ ਆਪਣੇ ਬਾਰੇ ਸ਼ੀਸ਼ੇ ਚ ਖੜਕੇ ਅਸੀਂ ਏ ਟੂ ਜ਼ੈਡ ਪਰਫੈਕਟ ਤਿਆਰ ਹੋਏ ਹੁੰਨੇ ਹਾਂ ਨਾ ਤੇ ਹਲਕਾ ਜਿਹਾ ਇੱਕ ਵਾਲ ਬਾਹਰ ਹੁੰਦਾ ਨਾ ਜਿਵੇਂ ਅਸੀਂ ਸਰਦਾਰ ਅਸੀਂ ਪੱਗ ਬੰਨਦੇ ਆ ਤਾਂ ਪਰਫੈਕਟ ਰੈਡੀਆ ਨਾ ਹਲਕਾ ਜਿਹਾ ਇੱਕ ਲੜ ਖਰਾਬ ਹੈ ਨਾ ਸਾਰਾ ਧਿਆਨ ਉੱਥੇ ਜਾਂਦਾ ਪਤਾ ਹੈ ਕਿਉਂ ਬਿਕੋਜ਼ ਵੀ ਆਰ ਬਿਲਟ ਇਨ ਅ ਵੇ ਕੰਡੀਸ਼ਨਡ ਇਨ ਅ ਵੇ ਕਿ ਅਸੀਂ ਆਪਣੀਆਂ ਮਾੜੀਆਂ ਚੀਜ਼ਾਂ ਤੇ ਸਭ ਤੋਂ ਪਹਿਲੇ ਫੋਕਸ ਕਰਦੇ ਆ ਵੀ ਡੋਨਟ ਈਵਨ ਹੈਵ ਵੀ ਨੇਵਰ ਲੁੱਕ ਇਨ ਦ ਮਿਰਰ ਐਂਡ ਸੇ ਵਾਓ ਕੀਆ ਬੰਦਾ ਹੈ ਰੱਬ ਨੇ ਕੀਆ ਬੰਦਾ ਬਣਾਇਆ ਇਟ ਹੈਸ ਟੂ ਬੀ ਅ ਪ੍ਰੈਕਟਿਸ ਰੋਜ਼ ਸਵੇਰੇ ਰੋਜ਼ ਸਵੇਰੇ ਜਾਂ ਰੋਜ਼ ਦਿਨ ਚ 5 ਮਿੰਟ ਲਗਾਓ ਸੈਲਫ ਲਵ ਪ੍ਰੈਕਟਿਸ ਕਰਨ ਲਈ

कुछ कुछ ग्रैटीट्यूड वाग देखते दे हैं कुछ है अपनी क्वालिटी जिम्मे मर्जी देख लो फाइव थे गुड इन यू मेक दिस अ प्रैक्टिस राइट इट डाउन ऑन योर नोट पैड मेक इट योर वॉल पेपर वानस यू मेक दिसमें फिटनेस इज अ प्रैक्टिस ना यार जिम एक दिन जाके नहीं होगा उटल फिटनेस भी एक प्रैक्टिस है ਉਹ ਦਈ ਹੋਏਗੀ ਜਦ ਤੁਸੀਂ ਉਹਨੂੰ ਰੈਗੂਲਰਲੀ ਥੋੜਾ ਥੋੜਾ 5 ਮਿੰਟ ਆਪਣੇ ਦਿਮਾਗ ਨੂੰ ਸਟਰੋਂਗ ਕਰਨ ਲਈ ਦੇਣੇ ਆ ਰੋਜ਼ ਇਫ ਵੀ ਕੈਨ ਡੂ ਥਿਸ ਯੂ ਵੋਂਟ ਨੀਡ ਐਨੀਥਿੰਗ ਇਨ ਲਾਈਫ